यस बेटे, 10th डी क्लास स्टूडेंट्स, कल दी क्लास विच अपा काव्य रचना कीती सी, तू मेरा पिता तू है मेरा माता। सब बच्चों नूं कविता समझ आ गई होनी है। अज अपा लेख करन तो पहला राइटिंग स्किल है अपनी 15 मार्क्स सी, जो पहले फर्स्ट टर्म विच रीडिंग स्किल सी, हुण राइटिंग स्किल है। हुण रीडिंग स्किल नहीं है सेकंड टर्म, राइटिंग स्किल च इक लेख है 8 मार्क्स आ और लैटर है 7 मार्क्स। और लेख दे विच तुकां ते आधारित लेख, विचारात्मक लेख जिन्हों कहंदे ने, और आम विषय वाले लेख। अज आपां तुकां ते आधारित लेख इक करांगे, मन जीते जगजीत। ठीक है, टाइम मिलिया अज, अपने डबल पीरियड है, 6th पीरियड भी है अज पंजाबी दा, उदों आपां सैकंड लेख कर लांगे विद्यार्थी जीवन नाल रिलेटेड। ठीक है बच्चे, पर लेख स्टार्ट करन तो पहले जिहड़ी आपां रचना कीती, तू मेरा पिता तू है मेरा माता, गुरु अर्जन देव जी दी रचना, इहदे आपां क्वेश्चन आंसर डिस्कस करिए। गुरु अर्जन देव जी, गुरु अर्जन देव जी सिखां दे 5वें गुरु, शहीदां दे सरताज, कल दी क्लास च आपां ऑलरेडी डिस्कस कर चुके हां। हाँ जी बच्चे, वन मार्क क्वेश्चन ले अपना हैंड रेज करने हैं। कविता नूं समझ के फर्स्ट क्वेश्चन है, गुरु अर्जन देव जी ने किहड़ा महान कारज किया। यस बेटे, किहड़ा महान कारज किया? यस दिव्यांश मैम, गुरु जी ने श्री गुरु ग्रंथ साहिब जी की संपादना की। वेरी गुड, गुरु अर्जन देव जी ने गुरु ग्रंथ साहिब की संपादना की। सेकंड क्वेश्चन भी बोल दो, गुरु अर्जन देव जी की प्रसिद्ध बाणी केड़ी है? प्रसिद्ध बाणी सुखमनी साहिब। वेरी गुड, टू क्वेश्चन गुरु साहिब नाल रिलेटेड हो गए, सुखमनी साहिब। हुन नेक्स्ट है, नेक्स्ट क्वेश्चन गुरु साहिब नाल रिलेटेड है कि गुरु साहिब गुरु अर्जन देव जी नूं ਕੀ ਕਹਿ ਕੇ ਸਾਰੇ ਸਤਿਕਾਰਦੇ ਹਨ? ਕੀ ਕਹਿ ਕੇ ਸਤਿਕਾਰਦੇ ਹਨ? ਯੈਸ, ਕਿ ਇਹਨਾਂ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹਾਂ ਜਾਂ ਇਹਨਾਂ ਦਾ ਸ਼ਹੀਦੀ ਪੁਰਬ ਮਨਾਉਂਦੇ ਹਾਂ? ਯੈਸ ਬੇਟੇ, ਇਸ਼ਪ੍ਰੀਤ, ਕੀ ਕਹਿ ਕੇ ਵਡਿਆਇਆ ਜਾਂਦਾ ਗੁਰੂ ਅਰਜਨ ਦੇਵ ਜੀ ਨੂੰ? ਇਸ਼ਪ੍ਰੀਤ, ਦਕਸ਼ਿਤਾ, ਅਨਮਿਊਟ ਯੋਰ ਸੈਲਫ। ਇਸ਼ਪ੍ਰੀਤ, ਹਾਂਜੀ ਬੇਟੇ, ਇਸ਼ਪ੍ਰੀਤ, ਕੀ ਕਹਿ ਕੇ ਵਡਿਆਇਆ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਨੂੰ? ਦਕਸ਼ਿਤਾ, ਬੇਟੇ ਆਂਸਰ ਬੋਲੋ। ਕੱਲ ਦੀ ਕਲਾਸ ਆਪਾਂ ਸਾਰੇ ਕੁਸ਼ਚਨ, ਸਾਰੇ ਉਹਨਾਂ ਦੇ ਗੁਣ ਡਿਸਕਸ ਕੀਤੇ ਗੁਰੂ ਅਰਜਨ ਦੇਵ ਜੀ ਦੇ। ਬਹੁਤ ਸਾਰੇ ਬੱਚਿਆਂ ਦੀ ਲੇਟ ਆਪਣੀ ਜੁਆਇਨਿੰਗ ਹੋਈ ਹੈ ਕਲਾਸ ਚ, ਬੇਟੇ 5 ਮਿੰਟ ਹੋ ਚੁੱਕੇ ਆ ਤੁਸੀਂ ਲੇਟ ਜੁਆਇਨ ਕਰ ਰਹੇ ਹੋ ਕਲਾਸ। ਦਿਸ ਇਜ਼ ਨੋਟ ਅ ਗੁੱਡ ਸਾਈਨ ਬੇਟੇ, ਰੂਲਸ ਨੂੰ ਫੋਲੋ ਕਰਿਆ ਕਰੋ, ਬੀ ਪੰਕਚੁਅਲ। ਹਾਂਜੀ ਬੇਟੇ ਬੋਲੋ, ਗੁਰੂ ਅਰਜਨ ਦੇਵ ਜੀ ਨੂੰ ਕੀ ਕਹਿ ਕੇ ਵਡਿਆਇਆ ਜਾਂਦਾ? ਮਹਿਕ, ਕੀ ਕਹਿ ਕੇ ਯਾਦ ਕੀਤਾ ਜਾਂਦਾ? ਸਕਸ਼ਮ, ਸਕਸ਼ਮ ਮੈਮ, ਸ਼ਹੀਦਾਂ ਦੇ ਸਰਤਾਜ। ਵੈਰੀ ਗੁੱਡ, ਐਕਸਲੈਂਟ, ਐਗਜੈਕਟਲੀ, ਕਿ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ। ਕੁਸ਼ਚਨ ਲਿਖੋ, ਸ਼ਹੀਦਾਂ ਦੇ ਸਰਤਾਜ ਕਿਹਨਾਂ ਨੂੰ ਕਿਹਾ ਜਾਂਦਾ? ਗੁਰੂ ਅਰਜਨ ਦੇਵ ਜੀ ਨੂੰ ਕੀ ਕਹਿ ਕੇ ਵਡਿਆਇਆ ਜਾਂਦਾ ਕਿ ਉਹ ਸ਼ਹੀਦਾਂ ਦੇ ਸਰਤਾਜ ਹੋਏ ਹਨ? ਨੈਕਸਟ ਹੁਣ ਆਪਾਂ ਗੱਲ ਕਰੀਏ, ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਦਾ ਨਾਮ ਕੀ ਹੈ? ਹਾਂਜੀ ਬੇਟੇ, ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਦਾ ਨਾਮ, ਦਿਵਿਆਂਸ਼ ਨੇ ਤਾਂ ਆਲਰੇਡੀ ਆਂਸਰ ਦਿੱਤਾ ਬੇਟੇ, ਬਾਕੀ ਵਟ ਅਬਾਊਟ ਅਦਰਸ? ਪ੍ਰਿੰਸੀ, ਹਾਂਜੀ ਬੇਟੇ, ਪ੍ਰਿੰਸੀ, ਪ੍ਰਿੰਸੀ, ਅਨਮਿਊਟ ਯੋਰ ਸੈਲ। ਬੋਲੋ ਬੱਚੇ, ਪ੍ਰਿੰਸੀ, ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਤੇ ਮਾਤਾ ਜੀ ਦਾ ਨਾਮ? ਪ੍ਰਿੰਸੀ ਬੇਟੇ, ਤੁਹਾਡੇ ਵੱਲੋਂ
ਪ੍ਰੋਬਲਮ ਆ ਰਹੀ ਹੈ ਅਨਮਿਊਟ ਕਰੋ ਬੱਚੇ ਬਿਸਮ ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਤੇ ਮਾਤਾ ਜੀ ਦਾ ਨਾਮ ਬਿਸਮ ਅਨਮਿਊਟ ਯੋਰ ਸੈਲਫ ਬੇਟੇ ਸੰਯਮ ਸੰਯਮ ਯੈਸ ਬੇਟੇ ਮੈਮ ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਦਾ ਨਾਮ ਗੁਰੂ ਰਾਮਦਾਸ ਜੀ ਅਤੇ ਮਾਤਾ ਜੀ ਦਾ ਨਾਮ ਮਾਤਾ ਭਾਨੀ ਜੀ ਬੀਬੀ ਭਾਨੀ ਜੀ ਵੈਰੀ ਗੁੱਡ ਗੁਰੂ ਅਰਜਨ ਦੇਵ ਜੀ ਦੇ ਪਿਤਾ ਦਾ ਨਾਮ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਦਾ ਨਾਮ ਬੀਬੀ ਭਾਨੀ ਜੀ ਹੁਣ ਆਪਾਂ ਗੱਲ ਕਰੀਏ ਰਚਨਾ ਦੇ ਅਕੋਰਡਿੰਗ ਜਿਹੜੀ ਰਚਨਾ ਆਪਾਂ ਕੱਲ ਦੀ ਕਲਾਸ ਚ ਰੀਡ ਕੀਤੀ ਸੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਕਿਸ ਨੂੰ ਕਿਹਾ ਗਿਆ ਹੈ ਕਿਸ ਨੂੰ ਕਿਹਾ ਗਿਆ ਹੈ ਇਸ ਰਚਨਾ ਦੇ ਵਿੱਚ ਹਾਂਜੀ ਬੇਟੇ ਕਿਸ ਨੂੰ ਕਿਹਾ ਹੈ ਇਸ਼ਪ੍ਰੀਤ ਰੱਬ ਨੂੰ ਕਿਹਾ ਗਿਆ ਹੈ ਪਰਮਾਤਮਾ ਨੂੰ ਕਿਹਾ ਗਿਆ ਹੈ ਕਿਸ ਨੂੰ ਕਿਹਾ ਗਿਆ ਬੇਟੇ ਪਰਮਾਤਮਾ ਨੂੰ ਨੈਕਸਟ ਕੁਸ਼ਚਨ ਜੀਵ ਜੰਤੂ ਕਿਸਦੇ ਪੈਦਾ ਕੀਤੇ ਹੋਏ ਹਨ ਜੀ ਜੰਤ ਸਭ ਤੁਧ ਉਪਾਏ ਜਿਤ ਜਿਤ ਭਾਣਾ ਤਿਤ ਤਿਤ ਲਾਏ ਹਾਂਜੀ ਜੀ ਜੰਤ ਕਿਸਦੇ ਪੈਦਾ ਕੀਤੇ ਹੋਏ ਹਨ ਪਰਮਾਤਮਾ ਦੇ ਵੈਰੀ ਗੁੱਡ ਪਰਮਾਤਮਾ ਦੇ ਗੁੱਡ ਆਂਸਰ ਨੈਕਸਟ ਕੁਸ਼ਚਨ ਸਭ ਥਾਵਾਂ ਤੇ ਕੌਣ ਸਾਡੀ ਰੱਖਿਆ ਕਰਦਾ ਹੈ ਇਹਦਾ ਵੀ ਆਂਸਰ ਕੀ ਹੋਏਗਾ ਪਰਮਾਤਮਾ ਕਿਉਂਕਿ ਸਾਰੇ ਪਰਮਾਤਮਾ ਦੇ ਗੁਣ ਗਾਇਨ ਕੀਤੇ ਹਨ ਇਸ ਕਵਿਤਾ ਦੇ ਵਿੱਚ ਇਸ ਕਾਵਿ ਰਚਨਾ ਦੇ ਵਿੱਚ ਕਾਵਿ ਰਚਨਾ ਐਕਚੁਅਲੀ ਕੀ ਹੈ ਗੁਰਬਾਣੀ ਦਾ ਇੱਕ ਸ਼ਬਦ ਹੈ ਸ਼ਬਦ ਰਚਿਆ ਹੈ ਪਰਮਾਤਮਾ ਦਾ ਨਾਮ ਸਿਮਰ ਕਰਕੇ ਕੀ ਪ੍ਰਾਪਤ ਹੁੰਦਾ ਹੈ ਚਲੋ ਇਸ ਕੁਸ਼ਚਨ ਦਾ ਆਂਸਰ ਕਿਸ ਦੀ ਪ੍ਰਾਪਤੀ ਹੁੰਦੀ ਹੈ ਨਾਮ ਧਿਆਏ ਮਹਾ ਸੁੱਖ ਪਾਇਆ ਇਸ ਲਾਈਨ ਦਾ ਮੀਨਿੰਗ ਦੱਸੋ ਇਸ ਸੱਤਰ ਦਾ ਮੀਨਿੰਗ ਨਾਮ ਧਿਆਏ ਮਹਾ ਸੁੱਖ ਪਾਇਆ ਨਾਮ ਧਿਆਨ ਨਾਲ ਕਿਸ ਦੀ ਪ੍ਰਾਪਤੀ ਹੁੰਦੀ ਹੈ ਦਿਵਿਆਂਸ਼ ਪਰਮਾਤਮਾ ਦੀ ਪਰਮਾਤਮਾ ਨਾਮ ਧਿਆਨ ਨਾਲ ਮਹਾ ਸੁੱਖ ਪਾਇਆ ਅਣਗਿਣਤ ਸੁੱਖ ਪ੍ਰਾਪਤ ਹੁੰਦੇ ਨੇ ਬੇਟੇ ਨਾਮ ਧਿਆਨ ਨਾਲ ਪਰਮਾਤਮਾ ਦਾ ਨਾਮ ਸਿਮਰਨ ਕਰਨ ਨਾਲ ਪਰਮਾਤਮਾ ਨਾਲ ਇਕਮਿਕਤਾ ਭੇਦਤਾ ਪੈਦਾ ਕਰਨ ਨਾਲ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਮਹਾ ਸੁੱਖ ਅਣਗਿਣਤ ਸੁੱਖ ਪ੍ਰਾਪਤ ਹੁੰਦੇ ਨੇ ਮਨ ਸਿੱਤ ਲਾਇਆ ਮਨ ਨੂੰ ਠੰਡਕ ਮਿਲਦੀ ਹੈ ਠੀਕ ਹੈ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਕੌਣ ਸਾਡਾ ਜ਼ਰੀਆ ਬਣਦਾ ਹੈ ਗੁਰਪੂਰੇ ਵਜੀ ਵਧਾਈ ਪੂਰਨ ਗੁਰੂ ਨੈਕਸਟ ਕੁਸ਼ਚਨ ਹੈ ਪਰਮਾਤਮਾ ਦੇ ਗੁਣ ਗਾਨ ਗਾਇਨ ਕਰਨ ਨਾਲ ਕਿਸ ਨੂੰ ਸ਼ੀਤਲਤਾ ਮਿਲਦੀ ਹੈ ਸ਼ੀਤਲਤਾ ਦਾ ਕੀ ਭਾਵ ਹੈ ਕਿਸ ਨੂੰ ਸ਼ੀਤਲਤਾ ਮਿਲਦੀ ਹੈ ਤੇ ਸ਼ੀਤਲਤਾ ਦਾ ਭਾਵ ਕੀ ਹੈ ਸਿਤਲਾਇਆ ਹਾਂਜੀ ਯੈਸ ਬੇਟੇ ਹਰੀ ਦੇ ਗੁਣ ਗਾਇਨ ਕਰਨ ਨਾਲ ਬੋਲੋ ਬੱਚੇ ਕਿਸ ਨੂੰ ਸ਼ੀਤਲਤਾ ਮਿਲਦੀ ਹੈ ਮਨ ਨੂੰ ਆਤਮਿਕ ਨੂੰ ਆਤਮਾ ਨੂੰ ਠੰਡਕ ਮਿਲਦੀ ਹੈ ਪਰਮਾਤਮਾ ਦੇ ਗੁਣ ਗਾਇਨ ਕਰਨ ਨਾਲ ਸ਼ੀਤਲਾਇਆ ਦਾ ਮਤਲਬ ਹੁੰਦਾ ਹੈ ਸ਼ੀਤਲ ਮੀਨਸ ਠੰਡਕ ਮਿਲਣਾ ਸ਼ਾਂਤੀ ਮਿਲਣੀ ਨੈਕਸਟ ਕੁਸ਼ਚਨ ਉਲਟਾ ਵੀ ਆ ਸਕਦਾ ਹੈ ਮਨ ਨੂੰ ਠੰਡਕ ਕਿਵੇਂ ਮਿਲਦੀ ਹੈ ਪਰਮਾਤਮਾ ਦੇ ਗੁਣ ਗਾਉਣ ਨਾਲ ਨੈਕਸਟ ਹੈ ਗੁਰੂ ਦੀ ਕਿਰਪਾ ਨਾਲ ਕਿਹੜਾ ਘੋਲ ਜਿੱਤਿਆ ਜਾ ਸਕਦਾ ਕਿਹੜਾ ਘੋਲ ਜਿੱਤਿਆ ਜਾ ਸਕਦਾ ਹੈ ਆਂਸਰ ਬੋਲੋ ਬੇਟੇ ਹਾਂਜੀ ਬੱਚੇ ਰੇਜ ਯੂਅਰ ਹੈਂਡਸ ਕਿਹੜਾ ਘੋਲ ਜਿੱਤਿਆ ਜਾ ਸਕਦਾ ਲਾਸਟ ਲਾਈਨ ਹੈ ਗੁਰਪੂਰੇ ਵਜੀ ਵਧਾਈ ਨਾਨਕ ਜਿੱਤਾ ਬਿਖਾੜਾ ਜੀ ਕਿਹੜਾ ਘੋਲ ਜਿੱਤਣਾ ਹੈ ਆਪਾਂ ਬਿਖਾੜਾ ਕਿਸ ਨੂੰ ਕਹਿੰਦੇ ਹਨ ਯੈਸ ਬੇਟੇ ਕੌਣ ਬੋਲੇਗਾ ਬੇਟੇ ਆਂਸਰ ਪੂਰੀ ਆਪਾਂ ਸ਼ਬਦ ਨੂੰ ਸਮਝਿਆ ਹੈ ਕੱਲ ਦੀ ਕਲਾਸ ਵਿੱਚ ਇਸ਼ਪ੍ਰੀਤ ਅਨਮਿਊਟ ਯੂਰ ਸੈਲਫ ਪਰੀਨਾ ਸਿਰਫ ਬੇਟੇ ਓਨਲੀ ਦਿਵਿਆਂਸ਼ ਹੀ ਆਂਸਰ ਦੇ ਰਿਹਾ ਉਹਦੀ ਪਾਰਟੀਸਪੇਸ਼ਨ ਥੋੜੀ ਬਾਕੀ ਬੱਚਿਆਂ ਦੀ ਵੀ ਤਾਂ ਪਾਰਟੀਸਪੇਸ਼ਨ ਚਾਹੀਦੀ ਹੈ ਮਹਿਕ ਕਿਹੜਾ ਆਪਾਂ ਘੋਲ ਜਿੱਤਣਾ ਹੈ ਗੁਰੂ ਦੀ ਕਿਰਪਾ ਨਾਲ ਜ਼ਿੰਦਗੀ ਦਾ ਦੋ ਬੇਟੇ ਬਿਖਾੜਾ ਬਿਖਾੜਾ ਮੀਨਸ ਵਿਕਾਰਾਂ ਦਾ ਘੋਲ ਵਿਕਾਰ ਸਾਡੇ ਜਿਹੜੇ ਵਿਕਾਰ ਨੇ ਕਾਮ ਪ੍ਰੋ ਲੋਭ ਮੋਹ ਅਹੰਕਾਰ ਦੁਨਿਆਵੀ ਭਵ ਸਾਗਰ ਨੂੰ ਪਾਰ ਕਰਨਾ ਹੈ ਨੋਟ ਕਰੋ ਅਖਾੜਾ ਹੈ
ਇਹ ਸੰਸਾਰ ਖੇਲ ਤਮਾਸ਼ਾ ਹੈ, ਠੀਕ ਹੈ। ਇਹ ਸੰਸਾਰ ਰੂਪੀ ਖੇਲ ਤਮਾਸ਼ਾ ਨੂੰ ਅਖਾੜਾ ਕਿਹਾ ਤੇ ਵਿਖਾੜਾ ਕਿਹਾ ਹੈ ਵਿਕਾਰਾਂ ਦਾ ਘੋਲ। ਇਹ ਮੀਨਿੰਗ ਵੀ ਨੋਟ ਕਰੋ, ਵਿਖਾੜਾ ਤੋਂ ਕੀ ਭਾਵ ਹੈ, ਅਲੱਗ ਕੁਸ਼ਚਨ ਵਨ ਮਾਰਕ, ਅਖਾੜਾ ਤੋਂ ਕੀ ਭਾਵ ਹੈ। ਸਾਰੇ ਵਰਡਸ ਮੀਨਿੰਗ ਵੀ ਆਪਣੇ ਆਪ ਵਿੱਚ ਵਨ ਮਾਰਕ ਕੁਸ਼ਚਨਸ ਨੇ, ਸਾਰੇ ਵਰਡ ਮੀਨਿੰਗ। ਕਲੀਅਰ ਹੈ ਬੇਟੇ? ਜਿੱਤ ਜਿੱਤ ਭਾਣਾ ਤਿਤ ਤਿਤ ਲਾਏ, ਤੁੱਕ ਦਾ ਕੀ ਭਾਵ ਹੈ, ਵਨ ਮਾਰਕ ਕੁਸ਼ਚਨਸ। ਜਿੱਤ ਜਿੱਤ ਭਾਣਾ ਤਿਤ ਤਿਤ ਲਾਏ, ਹਾਂਜੀ ਇਸ ਤੁੱਕ ਦਾ ਭਾਵ ਦੱਸੋ ਦਕਸ਼ਿਤਾ। ਜਿੱਤ ਜਿੱਤ ਭਾਣਾ ਤਿਤ ਤਿਤ ਲਾਏ, ਬੇਟੇ ਤੁਸੀਂ ਮੈਨੂੰ ਲੱਗਦਾ ਕੱਲ ਸ਼ਬਦ ਚੰਗੀ ਤਰ੍ਹਾਂ ਸਮਝਿਆ ਨਹੀਂ, ਕਲਾਸ ਕਲਾਸ 'ਚ ਅਟੈਂਟਿਵ ਨਹੀਂ ਸੀ ਤੁਸੀਂ, ਕਿਉਂਕਿ ਤੁਹਾਡੀ ਅੱਜ ਕਲਾਸ ਪਾਰਟੀਸਪੇਸ਼ਨ ਅੱਛੀ ਨਹੀਂ ਜਾ ਰਹੀ। ਅਕਸ਼ੇ, ਹਾਂਜੀ ਬੇਟੇ, ਜਿੱਤ ਜਿੱਤ ਭਾਣਾ ਤਿਤ ਤਿਤ ਲਾਏ, ਤੁੱਕ ਦਾ ਕੀ ਭਾਵ ਹੈ, ਰਿਦਮ। ਯੈਸ ਬੇਟੇ, ਤੁੱਕ ਦਾ ਭਾਵ ਕੀ ਹੈ, ਰਿਆਨ। ਜੀ ਇਸ ਤਰ੍ਹਾਂ ਗੱਲ ਨਹੀਂ ਬਣਨੀ, ਤੁਸੀਂ ਸ਼ਬਦ ਨੂੰ ਸਮਝਦੇ ਨਹੀਂ ਅੱਛੀ ਤਰ੍ਹਾਂ। ਬੋਲੋ ਬੱਚੇ ਆਂਸਰ। ਕਾਰਤਿਕ, ਕਾਰਤਿਕੇ ਨਹੀਂ ਪਤਾ, ਮੈਂ ਭੁੱਲ ਗਿਆ, ਆਪ ਬਤਾ ਦੋ। ਹੈ ਬੇਟੇ, ਆਪ ਬਤਾ ਦੋ, ਭੁੱਲ ਗਏ ਬੇਟੇ। ਆਪਾਂ ਤਾਂ ਡਿਸਕਸ ਕਰਾਂਗੇ, ਤੁਸੀਂ ਸ਼ਬਦ ਸਮਝਿਆ ਹੈ, ਤੁਹਾਨੂੰ ਵੀ ਤਾਂ ਸੈਟੀਸਫੈਕਸ਼ਨ ਚਾਹੀਦੀ ਕਿ ਸਾਨੂੰ ਸ਼ਬਦ ਅਸੀਂ ਸਮਝਿਆ। ਜਿੱਤ ਜਿੱਤ ਭਾਣਾ ਤਿਤ ਤਿਤ ਲਾਏ, ਕਿ ਪਰਮਾਤਮਾ ਆਪਣੀ ਰਜ਼ਾ ਅਨੁਸਾਰ, ਭਾਣਾ ਮੀਨਸ ਆਪਣੀ ਮਰਜ਼ੀ ਅਨੁਸਾਰ, ਸਾਰੇ ਸੰਸਾਰਕ ਜੀਵਾਂ ਨੂੰ ਵੱਖੋ ਵੱਖਰੇ ਕੰਮਾਂ ਤੇ ਲਾਉਂਦਾ। ਜੀ ਜੰਤ ਸਭ ਤੁਧ ਉਪਾਏ, ਜਿੱਤ ਜਿੱਤ ਭਾਣਾ ਤਿਤ ਤਿਤ ਲਾਏ। ਇਹ ਜੀਵ ਜੰਤ ਜੋ ਕਿ ਪਰਮਾਤਮਾ ਨੇ ਪੈਦਾ ਕੀਤੇ ਹੋਏ ਨੇ, ਉਹਨਾਂ ਨੂੰ ਪਰਮਾਤਮਾ ਆਪਣੀ ਰਜ਼ਾ ਅਨੁਸਾਰ ਵੱਖ ਵੱਖ ਕੰਮਾਂ ਤੇ ਲਗਾਉਂਦਾ ਹੈ। ਠੀਕ ਹੈ ਬੇਟੇ, ਨੈਕਸਟ ਹੈ, ਨੈਕਸਟ ਕੁਸ਼ਚਨ। ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਬੰਧਵ ਤੋਂ ਕੀ ਭਾਵ ਹੈ, ਰਿਸ਼ਤੇਦਾਰ। ਮੀਨਿੰਗ ਲਿਖੋ, ਰਿਸ਼ਤੇਦਾਰ। ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਣਾ। ਓਟ ਦਾ ਕੀ ਭਾਵ ਹੈ, ਆਸਰਾ ਜਾਂ ਸਹਾਰਾ। ਇੱਕ ਇੱਕ ਵਰਡ ਦਾ ਮੀਨਿੰਗ ਸਮਝ ਆਉਣਾ ਜ਼ਰੂਰੀ ਹੈ। ਪਰਮਾਤਮਾ ਦੇ ਕਿਹੜੇ ਗੁਣ ਗਾਇਨ ਕੀਤੇ ਨੇ, ਪਰਮਾਤਮਾ ਸਾਡਾ ਸਿਰਜਣਹਾਰ ਹੈ, ਪਾਲਣਹਾਰ ਹੈ, ਬਖਸ਼ਣਹਾਰ ਹੈ। ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ। ਪਰਮਾਤਮਾ ਦੇ ਨਾਲ ਸਾਡੀ ਸਾਂਝ ਕਦੋਂ ਪੈਦਾ ਹੁੰਦੀ ਹੈ, ਕਦੋਂ ਪੈਦਾ ਹੁੰਦੀ, ਜਦੋਂ ਅਸੀਂ ਉਸਨੂੰ ਪਛਾਣਦੇ ਹਾਂ। ਸੈਕਿੰਡ ਪੈਰ, ਫਸਟ ਪੈਰੇ ਦੀਆਂ ਲਾਈਨਸ ਨੇ, ਤੁਮਰੀ ਕਿਰਪਾ ਤੇ ਤੁਧ ਪਛਾਣਾ। ਇਸ ਤੁੱਕ ਦਾ ਕੀ ਭਾਵ ਹੈ, ਹੁਣ ਇਸ ਤੁੱਕ ਦਾ ਤਾਂ ਭਾਵ ਤੁਸੀਂ ਦੱਸ ਸਕਦੇ ਨਾ, ਤੁਮਰੀ ਕਿਰਪਾ ਤੇ। ਕਿਰਪਾ ਦਾ ਮਤਲਬ ਜਦ ਤੁਹਾਡੀ ਮਿਹਰ ਹੋ ਜਾਂਦੀ ਹੈ ਤਾਂ ਅਸੀਂ ਤੁਹਾਡੇ ਨਾਲ ਪਛਾਣ ਕਰ ਲੈਂਦੇ ਹਾਂ, ਤੁਹਾਡੇ ਨਾਲ ਸਾਡੀ ਸਾਂਝ ਪੈਦਾ ਹੁੰਦੀ ਹੈ। ਪਰਮਾਤਮਾ ਨੂੰ ਕਿਹਾ, ਹੇ ਪ੍ਰਭੂ, ਪਰਮਾਤਮਾ ਦੇ ਗੁਣ ਗਾਇਨ ਕਰਦਿਆਂ ਕਿਹਾ। ਇੱਕ ਇੱਕ ਵਰਡ ਦਾ ਬੇਟੇ ਮੀਨਿੰਗ ਸਮਝਣਾ ਜ਼ਰੂਰੀ ਹੈ। ਤੁਹਾਨੂੰ ਮੈਂ ਬਾਰ ਬਾਰ ਕਹਿ ਰਹੀ ਹਾਂ ਕਿ ਕਾਵਿ ਰਚਨਾਵਾਂ ਦੇ ਵਿੱਚੋਂ ਵਨ ਮਾਰਕ ਕੁਸ਼ਚਨ ਹੀ ਆਉਣ। ਵਨ ਮਾਰਕ ਕੁਸ਼ਚਨ ਦਾ ਮੀਨਿੰਗ ਹੈ ਕਿ ਇੱਕ ਇੱਕ ਵਰਡ ਦਾ ਮੀਨਿੰਗ ਸਮਝ ਆਉਣਾ ਚਾਹੀਦਾ, ਇੱਕ ਇੱਕ ਤੁੱਕ ਦਾ ਭਾਵ ਆਉਣਾ ਤੇ ਇੱਕ ਇੱਕ ਵਰਡ ਦਾ ਮੀਨਿੰਗ, ਕਿਉਂਕਿ ਵੱਡੇ ਕੁਸ਼ਚਨਸ ਨਹੀਂ ਕਰਨੇ ਹਨ। ਨਾ ਕੇਂਦਰੀ ਭਾਵ ਕਰਨਾ, ਨਾ ਹੀ ਵੱਡੇ ਪ੍ਰਸ਼ਨ ਕਰਨੇ ਨੇ, ਸਿਰਫ ਵਨ ਮਾਰਕ ਕੁਸ਼ਚਨ ਹੈ ਕਿ ਪਰਮਾਤਮਾ ਕੀ ਹੈ। ਪਰਮਾਤਮਾ ਸਿਰਜਣਹਾਰ ਤੇ ਪਾਲਣਹਾਰ ਹੈ। ਇਸ ਸੰਸਾਰ ਵਿੱਚ ਪਰਮਾਤਮਾ ਤੋਂ ਬਿਨਾਂ ਕੋਈ ਹੈ, ਕੋਈ ਨਹੀਂ ਹੈ। ਕਹਿੰਦੇ ਤੁਦਬਿਨ ਦੂਜਾ ਅਵਰ ਨਾ ਕੋਈ, ਸਭ ਤੇਰਾ ਖੇਲ ਅਖਾੜਾ ਜੀਉ। ਅਖਾੜਾ ਤੋਂ ਕੀ ਭਾਵ ਹੈ, ਇਹ ਸੰਸਾਰ ਰੂਪੀ ਖੇਲ ਜਿਹੜੀ ਹੈ ਪਰਮਾਤਮਾ ਦੀ ਰਚੀ ਹੋਈ ਹੈ। ਇਹ ਸਾਰੇ ਕੁਸ਼ਚਨ ਤੁਸੀਂ ਆਪਣੀ ਨੋਟਬੁੱਕ ਤੇ ਕਰ ਲੈਣਾ। ਵਿਕਾਰਾਂ ਦਾ ਘੋਲ ਕਿਵੇਂ ਜਿੱਤਿਆ ਜਾ ਸਕਦਾ, ਗੁਰੂ ਦੀ ਕਿਰਪਾ ਨਾਲ। ਗੁਰੂ ਪੂਰੇ ਵਜੀ ਵਧਾਈ, ਨਾਨਕ ਜਿੱਤਾ ਵਿਖਾੜਾ ਜੀਉ। ਵਿਖਾੜਾ ਦਾ ਭਾਵ ਹੈ ਵਿਕਾਰਾਂ ਦਾ ਘੋਲ, ਵਿਕਾਰਾਂ ਰੂਪੀ ਅਖਾੜਾ। ਡਨ ਬੇਟੇ, ਹੁਣ ਆਪਾਂ ਗੱਲ ਕਰੀਏ ਮਨ ਜਿੱਤੇ ਜਗਜੀਤ। ਲੇਖ ਧਿਆਨ ਨਾਲ ਸਮਝੋ, ਲੇਖ ਮਨ ਜਿੱਤੇ ਜਗਜੀਤ। ਇਸ ਤੁੱਕ ਦਾ ਪਹਿਲੇ ਭਾਵ ਸਮਝੋ, ਕੀ ਕਹਿੰਦੇ ਆ। ਇਹ ਤੁੱਕ ਕੋਈ ਦੱਸ ਸਕਦਾ ਕਿ ਕਿਸਦੀ ਰਚੀ ਹੋਈ ਹੈ? ਹਾਂਜੀ ਬੇਟੇ, ਇਹ ਆਪਾਂ ਜਪਜੀ ਸਾਹਿਬ, ਜਿਹੜੀ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧ ਬਾਣੀ ਹੈ, ਉਸ ਦੀ ਤੁੱਕ ਹੈ ਮਨ ਜਿੱਤੇ ਜਗਜੀ। ਅੱਜ ਤਾਨੀਆ ਵੀ ਬੇਟੇ ਲੇਟ ਜੁਆਇਨ ਕੀਤੀ ਹੈ ਕਲਾਸ, 10 ਮਿੰਟ ਲੇਟ ਬੇਟੇ ਤਾਨੀਆ। ਯੈਸ ਬੇਟੇ, ਮਨ ਤੂੰ ਜੋਤ ਸਰੂਪ ਹੈ,
अपना मूल पछाण। मन की है परमात्मा की जोत, उसनू अपना मूल पछाणना चाहिए। मूल पछाणन का की भाव है कि असीं कित्थों आए हाँ, साडा की मकसद है, असीं कित्थे जाना है। हुण पहले इंट्रोडक्शन पैरा लिखो जो कि जनरल पैरा है। कोई भी तुकां ते आधारित लेख आंदा मिठत नीवी नानका गुंजगियां तत् मन जीते जचीत इक चुप सौ सुख नानक दुखिया सब संसार सो क्यों मंदा आखे जिजमे राजान जैसी संगत वैसी रंगत किरत दी महानता। ठीक है, नावन चले तीती तन मन खोटे तन चोर। ये सारे लेख गुरबाणी दियां तुकां ने, सच्चाइयां ने जिंदगी दियां वादड़ियां सजादड़ियां निभन सिरां दे नाल एक अखाण है। इहदा फस्ट पैरा की लिखना, वह जनरल पैरा लिख लो तुसी समझ के कि मनुख इस सृष्टि का सब तो श्रेष्ठ जीव है। पहली लाइन ये ऑलरेडी अपन नाइन्थ क्लास जो प्रीवियस क्लास डिस्कस किया हुआ, मनुख सृष्टि का श्रेष्ठ जीव है। इस दुनिया के विच, इस संसार के विच जो कि परमात्मा ने सिरजिया है, अनमोल दात है। ते जो जन्म तो ही सुखां दी इच्छा रख लै, जन्म तो लैके पूरे जिंदगी दे सफर दौरान वह सुखां दीयां इच्छावां नूं पूरा करन विच लग जांदा, ते असली मकसद नूं ही भुल जांदा इंसान कि उसकी जिंदगी का असली मकसद क्या। वह सिर्फ अपनी मौज मस्ती वाला जीवन, खुशियां वाला जीवन बतीत करना ही उहदा मकसद रह जांदा, ते दुनियावी पदार्थां नूं इकट्ठे करन विच अजिहा मस्त हो जांदा कि परमात्मा नूं भुल जांदा। जदों दुनियावी लालसावां इच्छावां वधदियां ने ते उसका मन ते काबू नहीं रहिंदा। ये तो मन जीते जगजीत दी लाइन हो गई, मन ते काबू नहीं रहिंदा, उसका मन भटकदा है। मन भटकदा भटकदा कुराए रस्ते ते भटकन लग जांदा, उसनू मन नू काबू करना ही नहीं आंदा, उसके अंदर विकार आ जांदे हन। काम क्रोध लोभ मोह अहंकार दा अजिहा ग्रस्त विच आ जांदा है कि मिठास ते निमरता ही भुल जांदा। जो मन मिठर नीवी नानका गुंज गया तत्कने भी लाइन आनी कि मिठास से निम्रता भुल के फिका बोलता, कुरखत बोलता है, हर एक दे नाल बुरा व्यवहार करता है, चोरी ठगी बेईमानी का रस्ता अख्तियार करता है, आदत अपनिया खराब कर लेंदा। जरा वादड़ियां सजादड़ियां निभन सिरां दे नाल लेख पिछे एक लाइन आ गई, सृष्टि की परमात्मा की बनाई सृष्टि नूं दुख देने शुरू कर दिंदा क्योंकि अपना ही स्वार्थ सिद्ध करना है। ते जड़े इंसान दा अपने मन ते काबू ना रहा, जिसके अंदर मिठास ते निमरता नहीं है, परमात्मा गुरबाणी दे विच गुरु साहिबान ने उन्हूं सही रस्ते ते लियाउण लई गुरबाणी दे हवाले दे दे के सच दे मार्ग दे पांधी बनाउण लई प्रेरिया है। ये फस्ट पैरा हो गया। जिहड़ा मर्जी तुकां ते आधारित लेख आए यह तुसीं पैरा देना। सब बच्चों ने नोट किया कि असी सारे संसारक जीव परमात्मा दे बनाए हुए हैं जो कि सब तो श्रेष्ठ जीव है इस दुनिया का। इस संसार दे विच परमात्मा दे इक नूर तो पैदा हुए हैं, पर इंसान इस दुनिया विच आके संसार विच आके संसारिक पदार्थां दी दौड़ विच अजिहा लग गया कि वह अपने ही सुख लोचदा रहा। डिफरेंट डिफरेंट वे नाल तुसी लिख सकते हो, तुहाडी सैल्फ फ्रेमिंग है, तुहाडे कोल वोकैबुलरी होनी चाहिए है। उस दियां इच्छावां जन्म तो लैके ही वधदियां गईयां। तुसी याद करो कि जिहड़ा आदि मनुख है, तुसी हिस्ट्री च पढ़दे हो, जदों जंगलां विच गुजारा करदा सी तां वी उदों तो उह अपनी रोजी रोटी दे लई यतनशील है, यतनशील। क्लीयर है? उस तो बाद गल करिए कि इस तुक का अर्थ की है। हुण आपां कहने हां कि तुक किसकी उचारी हुई है। फस्ट पैरा सब नूं क्लीयर? यस बेटे, किसी नूं कोई डाउट है तां रेज योर हैंड्स। फस्ट पैरा इंट्रोडक्शन पैरा सब नूं क्लीयर है बच्चे? एक्सप्रेशंस दियो। हां जी बेटे दिव्यांश, दिव्यांश हां जी बच्चे हमें एक बार रिपीट कर दो। यस बेटे, इंट्रोडक्शन पैरा अपन जनरल लिखना होंदा। ठीक है, एक गुरबाणी दी तुकां नूं ध्यान विच रख के कि संसार परमात्मा दी सिरजना है, चेंज करके जे लिखना अपन अलग अलग अपनी वर्डिंग च।
ਇਹ ਸੰਸਾਰ ਪਰਮਾਤਮਾ ਦਾ ਰਚਿਆ ਹੋਇਆ, ਇਹ ਸ੍ਰਿਸ਼ਟੀ ਪਰਮਾਤਮਾ ਦੀ ਬਣਾਈ ਹੈ, ਜੋ ਪਰਮਾਤਮਾ ਅਗਮ ਅਗੋਚਰ ਹੈ, ਬੇਅੰਤ ਹੈ, ਸਿਰਜਣਹਾਰ ਹੈ, ਪਾਲਣਹਾਰ ਹੈ। ਤੇ ਇਸ ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਵਿੱਚ ਜਿਹੜਾ ਮਨੁੱਖ ਹੈ ਸਭ ਤੋਂ ਸ੍ਰੇਸ਼ਠ ਜੀਵ ਹੈ, ਅਨਮੋਲ ਦਾਤ ਹੈ ਪਰਮਾਤਮਾ ਦੀ। ਪਰ ਇਹ ਅਨਮੋਲ ਦਾਤ ਮਨੁੱਖ ਇਸ ਸੰਸਾਰ ਵਿੱਚ ਵਿਚਰਦਿਆਂ ਪਰਮਾਤਮਾ ਨੂੰ ਭੁੱਲ ਕੇ ਦੁਨਿਆਵੀ ਪਦਾਰਥਾਂ ਨੂੰ ਇਕੱਠਾ ਕਰਨ ਵਿੱਚ ਅਜਿਹਾ ਮਸਤ ਹੋ ਗਿਆ ਕਿ ਉਹ ਦੁਨਿਆਵੀ ਪਦਾਰਥਾਂ ਆਪਣੀ ਮੌਜ ਮਸਤੀ, ਆਪਣੀਆਂ ਖੁਸ਼ੀਆਂ ਦੇ ਲਈ ਜਨਮ ਤੋਂ ਹੀ ਸੰਘਰਸ਼ਸ਼ੀਲ ਹੋ ਗਿਆ। ਸੰਘਰਸ਼ਸ਼ੀਲ ਹੁੰਦੇ ਹੁੰਦੇ ਦੁਨਿਆਵੀ ਪਦਾਰਥਾਂ ਨੂੰ ਇਕੱਠੇ ਕਰਨ ਵਿੱਚ ਉਸਦਾ ਮਨ ਤੇ ਕਾਬੂ ਹੀ ਨਹੀਂ ਰਿਹਾ। ਮਨ ਦੀ ਲਾਲਸਾ ਉਸਦੀ ਵਧਦੀ ਗਈ, ਮਨ ਭਟਕਦਾ ਗਿਆ ਤੇ ਉਸਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਵਿਕਾਰ ਵਿੱਚ ਘਿਰ ਗਿਆ। ਮਿਠਾਸ ਤੇ ਨਿਮਰਤਾ ਤੋਂ ਦੂਰ ਚਲਾ ਗਿਆ, ਫਿੱਕਾ ਬੋਲਣਾ ਸ਼ੁਰੂ ਕਰ ਦਿੱਤਾ। ਕੁਰੱਖਤ ਬੋਲ ਬਾਣੀ, ਜਿਹਨੂੰ ਇੱਕ ਚੁੱਪ ਸੌ ਸੁੱਖ ਲੇਖ 'ਚ ਲਿਖਾਂਗੇ, ਫਿੱਕਾ ਬੋਲਣਾ ਜਿਹਨੂੰ ਕਹਿੰਦੇ ਨਾਨਕ ਫਿੱਕਾ ਬੋਲੀਏ, ਤਨ ਮਨ ਫਿੱਕਾ ਹੋਏ, ਫਿੱਕਾ ਬੋਲਣਾ ਸ਼ੁਰੂ ਕਰ ਦਿੱਤਾ। ਦੁਨੀਆਂ ਦੇ ਲੋਕਾਂ ਨਾਲ ਬੁਰਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ, ਆਪਣੇ ਰਸਤੇ ਤੋਂ ਭਟਕ ਗਿਆ। ਅਜਿਹੇ ਜੀਵਾਂ ਦੇ ਲਈ ਗੁਰੂ ਨਾਨਕ ਦੇਵ ਜੀ ਨੇ ਇਹ ਤੁੱਕ ਉਚਾਰੀ, ਮਨ ਜਿੱਤੇ ਜਗਜੀ, ਕਿ ਜਿਹੜਾ ਮਨ ਤੇ ਕਾਬੂ ਕਰ ਲੈਂਦਾ ਉਹ ਸੰਸਾਰ ਤੇ ਕਾਬੂ ਕਰਦਾ, ਸੰਸਾਰ ਤੇ ਰਾਜ ਕਰਦਾ ਹੈ। ਹੁਣ ਆਪਾਂ ਗੱਲ ਕਰੀਏ ਤੁੱਕ ਦਾ ਅਰਥ। ਮਨ ਜਿੱਤੇ ਜਗਜੀਤ ਤੁੱਕ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਹੈ। ਇਸ ਵਿੱਚ ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਦੀ ਸੱਚਾਈ ਬਿਆਨ ਕੀਤੀ ਹੈ ਕਿ ਜਿਹੜਾ ਇਨਸਾਨ ਇਸ ਦੁਨੀਆਂ ਵਿੱਚ ਵਿਚਰਦਿਆਂ ਆਪਣੀਆਂ ਲਾਲਸਾਵਾਂ, ਆਪਣੀਆਂ ਇੱਛਾਵਾਂ, ਆਪਣੇ ਮਨ ਤੇ, ਮਨ ਇੱਕ ਕੀ ਹੈ ਅੱਗੇ ਜਾ ਕੇ ਵਿਚਾਰ ਕਰਦੇ ਹਾਂ, ਮਨ ਤੇ ਕਾਬੂ ਪਾ ਲੈਂਦਾ ਹੈ, ਸੰਸਾਰ ਤੇ ਰਾਜ ਕਰਦਾ ਹੈ, ਸੰਸਾਰ ਦੇ ਲੋਕ ਉਸਨੂੰ ਆਪਣਾ ਪੈਰੋਕਾਰ ਮੰਨਦੇ ਹੈ, ਸੰਸਾਰ ਦੇ ਲੋਕਾਂ ਦੀ ਉਹ ਅਗਵਾਈ ਕਰਦਾ ਹੈ ਜਿਹੜਾ ਮਨ ਤੇ ਕਾਬੂ ਕਰ ਲੈਂਦਾ। ਉਹ ਸੰਸਾਰ ਦੇ ਲੋਕਾਂ ਨੂੰ ਇੱਕ ਦਿਸ਼ਾ ਦਿੰਦਾ ਹੈ, ਉਹਨਾਂ ਨੂੰ ਇੱਕ ਜੀਵਨ ਚਾਰਜ ਤੇ ਗੁਰ ਦੱਸਦਾ ਹੈ। ਹੁਣ ਆਪਾਂ ਗੱਲ ਕਰੀਏ ਮਨ ਹੈ ਕੀ। ਤੁਹਾਨੂੰ ਸਭ ਨੂੰ ਪਤਾ ਮਨ ਇੱਕ ਸਰੀਰ ਦਾ ਅਜਿਹਾ ਅੰਗ ਹੈ ਜੋ ਸੂਖਮ ਹੈ, ਜੋ ਅਦ੍ਰਿਸ਼ਟ ਹੈ, ਦਿਖਦਾ ਨਹੀਂ ਹੈ। ਸਭ ਨੂੰ ਕਲੀਅਰ ਹੈ ਕਿ ਮਨ ਕੀ ਹੈ, ਇੱਕ ਸੂਖਮ ਵਸਤੂ ਹੈ ਸਰੀਰ ਦੀ, ਜੋ ਕਿ ਦਿਖਾਈ ਨਹੀਂ ਦਿੰਦਾ। ਇਹਨੂੰ ਬਹੁਤ ਸਾਰਿਆਂ ਨੇ ਵੱਖ ਵੱਖ ਵਿਚਾਰਵਾਨ ਲੋਕਾਂ ਨੇ ਵੱਖ ਵੱਖ ਤੁਲਨਾਇਆ ਕਿ ਇੱਕ ਬਾਂਦਰ ਦੀ ਨਿਆਈ ਹੈ, ਇਹ ਤਾਂ ਨੱਚਦਾ ਟੱਪਦਾ ਰਹਿੰਦਾ, ਇਹ ਤਾਂ ਭਟਕਦਾ ਰਹਿੰਦਾ। ਮਨ ਮਨ ਹੈ ਜਿਹੜਾ, ਜਿਹੜੀਆਂ ਸਰੀਰਕ ਸ਼ਕਤੀ ਦਾ ਇੱਕ ਚਾਲਕ ਹੈ, ਮਨ ਸਰੀਰਕ ਸ਼ਕਤੀ ਦਾ ਚਾਲਕ ਹੈ, ਜਿਹੜਾ ਕਿ ਸਰੀਰ ਦੀਆਂ ਪੰਜ ਗਿਆਨ ਇੰਦਰੀਆਂ ਨੂੰ ਚਲਾਉਂਦਾ। ਉਹ ਮਨ ਦੇ ਕੇ ਅਨੁਸਾਰੀ ਤੁਸੀਂ ਦੇਖੋ ਨਾ, ਤੁਹਾਡੇ ਅੰਦਰ ਜੋ ਮਨ ਵਿੱਚ ਚੱਲ ਰਿਹਾ ਤੁਸੀਂ ਉਹਦੇ ਅਕੋਰਡਿੰਗ ਚੱਲੋਗੇ, ਜੋ ਤੁਹਾਡੇ ਮਨ ਦੀ ਭਾਵਨਾ ਤੁਸੀਂ ਉਹ ਜਿਹੀ ਬਾਹਰ ਉਭਰੋਗੇ। ਜੇ ਤੁਹਾਡਾ ਮਨ ਪੜ੍ਹਨ ਨੂੰ ਨਹੀਂ ਦਿਲ ਕਰਦਾ ਤਾਂ ਤੁਸੀਂ ਪੜ੍ਹਨ 'ਚ ਇਕਾਗਰ ਚਿੱਤ ਹੋਏਗੇ ਨਹੀਂ। ਤੁਹਾਨੂੰ ਬਹੁਤ ਸਾਰੇ ਟੀਚਰਸ ਕਹਿੰਦੇ ਨਾ ਕਿ ਤੁਹਾਡੀ ਪ੍ਰੈਜੈਂਸ ਆਫ ਮਾਇੰਡ ਹੋਣੀ ਚਾਹੀਦੀ ਆ, ਜਦੋਂ ਤੁਸੀਂ ਪੜ੍ਹ ਰਹੇ ਹੋ ਤੁਹਾਡਾ ਮਨ ਇਕਾਗਰ ਹੋਣਾ ਚਾਹੀਦਾ। ਤੇ ਮਨ ਇਕਾਗਰ ਕਰਨ ਲਈ ਤੁਹਾਨੂੰ ਪਤਾ ਤਾਂ ਹੈ ਲੋਕ ਯੋਗਾ ਵੀ ਕਰਦੇ ਨੇ ਕਿ ਮੈਡੀਟੇਸ਼ਨ ਕਰਨੀ ਜ਼ਰੂਰੀ ਹੈ ਕਿ ਮਨ ਦੀ ਇਕਾਗਰਤਾ ਬਣੇ। ਤੇ ਮਨ ਦੀ ਇਕਾਗਰਤਾ ਤਾਂ ਬੱਚੇ ਦੀ ਬਚਪਨ ਤੋਂ ਬਣਨੀ ਸ਼ੁਰੂ ਹੋ ਜਾਂਦੀ ਹੈ। ਕਿਸੇ ਬੱਚੇ ਦਾ ਮਨ ਹੈ ਖੇਡਣ 'ਚ ਇਕਾਗਰ ਹੈ, ਕਿਸੇ ਦਾ ਕੋਈ ਗਤੀਵਿਧੀਆਂ ਵਿੱਚ ਇਕਾਗਰ ਹੈ। ਇਹ ਮਨ ਹੀ ਹੈ ਜੋ ਕਿ ਇਨਸਾਨ ਨੂੰ ਵੱਖ ਵੱਖ ਕਾਰਜਾਂ ਵਿੱਚ ਲਾਉਂਦਾ ਹੈ। ਵੱਖ ਵੱਖ ਗਿਆਨ ਇੰਦਰੀਆਂ ਮਨ ਦੇ ਤਹਿਤ ਹੀ ਕੰਮ ਕਰਦੀਆਂ ਨੇ। ਹੁਣ ਆਪਾਂ ਗੱਲ ਕਰੀਏ ਮਨ ਦੀ ਚੰਚਲਤਾ। ਮਨ ਕੀ ਹੈ? ਚੰਚਲ ਸੁਭਾਅ ਵਾਲਾ, ਚੰਚਲ, ਲਾਲਸਾਵਾਂ ਦੇ ਵਿੱਚ ਭਟਕਦਾ। ਮਨ ਕੀ ਹੈ? ਲਾਲਸਾਵਾਂ ਦੇ ਵਿੱਚ ਭਟਕਦਾ ਹੈ, ਇਹ ਟਿੱਕੇ ਨਹੀਂ ਬੈਠਦਾ। ਇਸਦੀ ਇੱਕ ਇੱਛਾ ਪੂਰੀ ਹੋਈ, ਦੂਸਰੀ ਇੱਛਾ ਇਸਦੇ ਅੰਦਰ ਪੈਦਾ ਹੋ ਜਾਂਦੀ ਹੈ। ਇਹ ਦੂਜਿਆਂ ਦੀ ਤਰੱਕੀ, ਦੂਜਿਆਂ ਦੀ ਜਿਹੜੀ ਖੁਸ਼ਹਾਲੀ, ਇਸ ਤੋਂ ਬਰਦਾਸ਼ਤ ਨਹੀਂ ਹੁੰਦੀ। ਇਸਦੇ ਮਨ, ਮਨੁੱਖ ਦੇ ਮਨ ਅੰਦਰ ਇੱਛਾਵਾਂ, ਸਧਰਾਂ, ਉਮੰਗਾਂ ਪਲਦੀਆਂ ਹਨ। ਮਨ ਦੇ ਹੁਕਮ ਅਨੁਸਾਰ ਹੀ ਉਹ ਜ਼ਿੰਦਗੀ ਵਿੱਚ ਜਦੋਂ ਇੱਛਾਵਾਂ ਦੀ ਪੂਰਤੀ ਲਈ ਸੰਘਰਸ਼ਸ਼ੀਲ ਹੁੰਦਾ, ਤੇ ਜੇ ਇੱਛਾ ਪੂਰੀ ਨਹੀਂ ਹੁੰਦੀ ਤਾਂ ਮਨ ਕੀ ਹੁੰਦਾ? ਦੁਖੀ ਹੁੰਦਾ ਹੈ। ਮਨ ਕੀ ਹੈ? ਦੁਖੀ ਹੁੰਦਾ। ਮਨੁੱਖ ਦੀ ਜਨਮ ਤੋਂ ਹੀ, ਅਗਲਾ ਪੁਆਇੰਟ ਹੈ, ਜਨਮ ਤੋਂ ਸੁੱਖ ਦੀ ਇੱਛਾ। ਜੇ ਆਪਾਂ ਦੇਖੀਏ
ਤਾਂ ਮਨੁੱਖ ਦੀ ਜਨਮ ਤੋਂ ਹੀ ਇੱਛਾਵਾਂ ਨੂੰ ਪ੍ਰਾਪਤ ਕਰਨ ਦੀ ਬਹੁਤ ਇੱਛਾ ਰਹੀ ਹੈ। ਉਸ ਜਨਮ ਤੋਂ ਲੈ ਕੇ ਹੀ ਸੁੱਖਾਂ ਦੀ ਪ੍ਰਾਪਤੀ ਲਈ ਘੋਲ ਕਰਦਾ ਆਇਆ, ਸੁੱਖਾਂ ਦੀ ਪ੍ਰਾਪਤੀ ਲਈ ਕਿ ਮੈਨੂੰ ਸਾਰੇ ਜ਼ਿੰਦਗੀ ਦੇ ਸੁੱਖ ਮਿਲਣੇ ਚਾਹੀਦੇ ਨੇ। ਉਹ ਸੁੱਖਾਂ ਦੀ ਪ੍ਰਾਪਤੀ ਦੇ ਲਈ, ਸੁੱਖਾਂ ਦੀ ਇੱਛਾ ਦੇ ਲਈ ਹਰ ਪ੍ਰਕਾਰ ਦਾ ਯਤਨ ਕਰਦਾ ਹੈ ਕਿ ਮੈਨੂੰ ਹਰ ਪ੍ਰਕਾਰ ਦਾ ਜ਼ਿੰਦਗੀ ਦਾ ਸੁੱਖ ਪ੍ਰਾਪਤ ਹੋਣਾ ਚਾਹੀਦਾ ਤੇ ਉਸ ਨੂੰ ਪ੍ਰਾਪਤ ਕਰਨ ਲਈ ਉਹ ਕਰਮ ਕਰਦਾ ਹੈ। ਚੰਗੇ ਕਰਮ, ਮਾੜੇ ਕਰਮ। ਚੰਗੇ ਕਰਮਾਂ ਨਾਲ ਉਸਦੀ ਇੱਛਾ ਪੂਰੀ ਨਹੀਂ ਹੁੰਦੀ ਤਾਂ ਮਾੜੇ ਰਸਤੇ ਤੇ ਚੱਲ ਪੈਂਦਾ ਹੈ। ਇਸ ਲਈ ਵਿਦਵਾਨ ਨੇ ਇੱਕ ਨੇ ਕਿਹਾ ਸੀ ਕਿ ਸਾਡੇ ਮਨੋਭਾਵ ਹੀ ਹਨ ਜਿਹੜੇ ਕਿ ਜਨਮ ਤੋਂ ਹੀ ਸਾਨੂੰ ਖੁਸ਼ੀ ਦੀ ਪ੍ਰਾਪਤੀ ਦੇ ਲਈ ਹਰ ਵਕਤ ਉਤੇਜਿਤ ਕਰਦੇ ਨੇ। ਸਾਡੇ ਮਨੋਭਾਵ, ਜਦੋਂ ਅਸੀਂ ਆਦਮਨੁੱਖ ਵੱਲ ਝਾਤ ਮਾਰੀਏ ਤਾਂ ਆਦਮਨੁੱਖ ਵੀ ਜਦੋਂ ਜੰਗਲਾਂ ਵਿੱਚ ਵਿਚਰਦਾ ਸੀ ਤਾਂ ਉਹ ਆਪਣਾ ਗੁਜ਼ਾਰਾ ਕਰਨ ਦੇ ਲਈ, ਆਪਣੇ ਸੁੱਖ ਲਈ, ਆਪਣੇ ਆਰਾਮ ਲਈ, ਆਪਣੀ ਬਚਾਅ ਦੇ ਲਈ ਯਤਨਸ਼ੀਲ ਸੀ। ਇਸ ਕਰਕੇ ਇਨਸਾਨ ਦੀ ਹਰ ਵਕਤ ਮਨ ਦੀ ਭਾਵਨਾ ਦੀ ਅਜਿਹੀ ਰੱਟ ਲੱਗੀ ਰਹਿੰਦੀ ਹੈ ਕਿ ਮੈਨੂੰ ਜ਼ਿੰਦਗੀ ਦੇ ਸਾਰੇ ਸੁੱਖ ਪ੍ਰਾਪਤ ਹੋਣੇ ਚਾਹੀਦੇ ਨੇ, ਦੁਨਿਆਵੀ ਪਦਾਰਥਾਂ ਦੀ ਮੈਨੂੰ ਭਟਕਣਾ ਮੇਰੇ ਅੰਦਰੋਂ ਦੂਰ ਹੋ ਜਾਏ। ਉਹ ਦੂਰ ਹੀ ਨਹੀਂ ਹੁੰਦੇ, ਇੱਕ ਇੱਛਾ ਪੂਰੀ ਹੋਈ ਦੂਜੀ ਪੈਦਾ ਹੋ ਜਾਂਦੀ ਹੈ। ਫਿਰ ਹੁਣ ਕੁਸ਼ਚਨ ਉੱਠਦਾ ਹੈ, ਕੁਸ਼ਚਨ ਰਾਈਜ਼ ਹੁੰਦਾ ਕਿ ਮਨ ਨੂੰ ਜਿੱਤਿਆ ਕਿਵੇਂ ਜਾਏ, ਮਨ ਤੇ ਕਾਬੂ ਕਿਵੇਂ ਕੀਤਾ ਜਾਏ। ਬਹੁਤ ਸਾਰੇ ਸੰਸਾਰ ਦੇ ਜੀਵ ਮਨ ਨੂੰ ਕਾਬੂ ਕਰਨ ਲਈ, ਮਹਾਂਪੁਰਖ ਸਾਡੇ ਤਪਸਵੀ ਆਪਾਂ ਜੇ ਸ਼ੁਰੂ ਤੋਂ ਦੇਖੀਏ, ਮਨ ਨੂੰ ਕਾਬੂ ਕਰਨ ਲਈ ਘਰ ਬਾਰ ਤਿਆਗ ਗਏ, ਜੰਗਲਾਂ ਵਿੱਚ ਸੰਨਿਆਸ ਲੈ ਲਿਆ। ਪਰ ਅਜਿਹਾ ਕਰਕੇ ਗੁਰਬਾਣੀ ਸਾਡੀ ਕਹਿੰਦੀ ਹੈ, ਗੁਰੂ ਸਾਹਿਬਾਨ ਕਹਿੰਦੇ ਨੇ, ਗੁਰੂਆਂ ਦੇ ਵਿਚਾਰ ਕਹਿੰਦੇ ਨੇ ਕਿ ਘਰ ਬਾਰ ਤਿਆਗ ਕੇ, ਜੰਗਲਾਂ ਵਿੱਚ ਜਾ ਕੇ, ਧੂਣੀਆਂ ਬਾਲ ਕੇ, ਫੋਕੇ ਕਰਮ ਕਾਂਡ ਕਰਕੇ ਮਨ ਨੂੰ ਜਿੱਤਿਆ ਨਹੀਂ ਜਾ ਸਕਦਾ। ਮਨ ਨੂੰ ਜਿੱਤਣ ਦੇ ਲਈ ਕੀ ਕਰਨਾ ਪਏਗਾ? ਅਗਲਾ ਪੁਆਇੰਟ, ਤ੍ਰਿਸ਼ਨਾਵਾਂ ਦਾ ਤਿਆਗ, ਆਪਣੀਆਂ ਇੱਛਾਵਾਂ ਤੇ ਕਾਬੂ ਪਾਉਣਾ ਪਏਗਾ। ਦੂਜੇ ਦੀ ਤਰੱਕੀ ਤੇ ਖੁਸ਼ਹਾਲੀ ਨੂੰ ਦੇਖ ਕੇ ਚਿੰਤਾ ਤੇ ਫਿਕਰ ਕਰਨ ਦੀ ਲੋੜ ਨਹੀਂ। ਪਰਮਾਤਮਾ ਜਿਸਨੇ ਇਸ ਸੰਸਾਰ ਵਿੱਚ ਸਾਨੂੰ ਭੇਜਿਆ, ਪਰਮਾਤਮਾ ਨੇ ਸਾਡੀ ਰੋਜ਼ੀ ਰੋਟੀ, ਸਾਡੇ ਸੁੱਖ ਸਾਧਨ, ਸਾਡੀਆਂ ਜਿਹੜੀਆਂ ਜ਼ਿੰਦਗੀ ਦੀਆਂ ਲੋੜਾਂ ਨੇ ਉਹਦੇ ਲਈ ਸਾਡਾ ਰਾਹ ਆਪੇ ਹੀ ਸਾਨੂੰ ਬਖਸ਼ਿਆ। ਇਸ ਕਰਕੇ ਆਪਣੀਆਂ ਤ੍ਰਿਸ਼ਨਾਵਾਂ ਨੂੰ ਇੰਨਾ ਨਾ ਵਧਾਓ ਕਿ ਤੁਹਾਨੂੰ ਦੁਖੀ ਹੋਣਾ ਪਏ, ਕਿਉਂਕਿ ਜਿੰਨਾ ਤੁਸੀਂ ਦੁਖੀ ਹੋਗੇ ਉਨਾ ਤੁਹਾਡਾ ਮਨ ਦੁਖੀ ਹੋਏਗਾ। ਜਿੰਨੀਆਂ ਤੁਸੀਂ ਤ੍ਰਿਸ਼ਨਾਵਾਂ ਕਰਕੇ ਭੱਜ ਦੌੜ ਕਰੋਗੇ, ਜਿੰਨੇ ਯਤਨਸ਼ੀਲ ਹੋਗੇ ਕਿ ਮੇਰੀ ਆਹ ਇੱਛਾ ਪੂਰੀ ਨਹੀਂ ਹੋਈ, ਮੈਂ ਆਹ ਇੱਛਾ ਇਸ ਤਰੀਕੇ ਨਾਲ ਪੂਰੀ ਕਰਨੀ, ਉਹਨੇ ਤੁਸੀਂ ਪਰੇਸ਼ਾਨ ਹੋਗੇ। ਫਿਰ ਕੀ ਹੈ? ਹਿੰਸਾ। ਹਿੰਸਾ ਦੇ ਰਸਤੇ ਤੇ ਚੱਲ ਕੇ ਕੋਈ ਮਨ ਨੂੰ ਜਿੱਤ ਨਹੀਂ ਸਕਿਆ, ਅਹਿੰਸਾ ਦਾ ਰਾਹ ਅਪਣਾਉਣਾ ਪਏਗਾ। ਮਨ ਨੂੰ ਜਿੱਤਣ ਦੇ ਲਈ ਮਨੁੱਖ ਦੀ ਅਸਲੀ ਜਿੱਤ ਹੀ ਤਾਂ ਬਣਦੀ ਹੈ ਜੇਕਰ ਉਹ ਸੰਸਾਰ ਦੇ ਲੋਕਾਂ ਨੂੰ, ਸੰਸਾਰ ਦੇ ਵਿੱਚ ਸੰਸਾਰਕ ਜੀਵਾਂ ਨੂੰ, ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਲੋਕਾਂ ਨੂੰ ਪਿਆਰ ਕਰਦਾ ਹੈ, ਪਿਆਰ ਵੰਡਦਾ ਹੈ, ਸਰਬੱਤੇ ਭਲੇ ਦੀ ਲੋਚਨਾ ਰੱਖਦਾ ਹੈ, ਸਮੁੱਚੇ ਜਗਤ ਨੂੰ ਆਪਣੇ ਪੈਰਾਂ ਹੇਠ ਲਤਾੜ ਕੇ ਕੋਈ ਅੱਜ ਤੱਕ ਆਪਣੇ ਮਨ ਤੇ ਕਾਬੂ ਨਹੀਂ ਕਰ ਸਕਿਆ, ਆਪਣੀਆਂ ਇੱਛਾਵਾਂ ਨੂੰ ਪੂਰਾ ਨਹੀਂ ਕਰ ਸਕਿਆ। ਸਮੁੱਚੇ ਜਗਤ ਨੂੰ ਪੈਰਾਂ ਹੇਠ ਲਤਾੜ ਕੇ ਇੱਛਾਵਾਂ ਨੂੰ ਪੂਰਾ ਕਰਨਾ ਕਿੱਥੋਂ ਦੀ ਸਿਆਣਪ ਹੈ? ਅਜਿਹਾ ਕਰਨ ਨਾਲ ਸਬਰ ਪ੍ਰਾਪਤ ਨਹੀਂ ਹੁੰਦਾ, ਸਬਰ ਸੰਤੋਖ ਦੀ ਪ੍ਰਾਪਤੀ ਨਹੀਂ ਹੁੰਦੀ। ਮਨ ਨੂੰ ਜਿੱਤਣ ਦੇ ਲਈ ਨਿਮਰਤਾ, ਸਹਿਨਸ਼ੀਲਤਾ, ਸਬਰ ਸੰਤੋਖ, ਪਰਉਪਕਾਰ ਵਰਗੇ ਗੁਣ ਪੈਦਾ ਕਰਨੇ ਜ਼ਰੂਰੀ ਹਨ। ਕਲੀਅਰ ਹੈ ਬੇਟੇ? ਬਾਕੀ ਆਪਾਂ ਨੈਕਸਟ ਕਲਾਸ 'ਚ ਕਰਦੇ ਹਾਂ, ਇਹਦਾ ਸਾਰਾਂਸ਼ ਕਰਾਂਗੇ ਲੇਖ ਦਾ ਤੇ ਇੱਕ ਲੇਖ ਹੋਰ ਡਿਸਕਸ ਕਰਾਂਗੇ ਬੱਚੇ, ਠੀਕ ਹੈ? ਅੱਜ ਆਪਣਾ ਸੈਕਿੰਡ ਪੀਰੀਅਡ ਪੰਜਾਬੀ ਦਾ 6th ਪੀਰੀਅਡ ਲੱਗਣਾ ਹੈ। 6th ਪੀਰੀਅਡ ਦੇ ਵਿੱਚ ਤੁਸੀਂ ਟਾਈਮਲੀ ਜੁਆਇਨ ਕਰਨਾ ਬੇਟੇ ਕਲਾਸ ਨੂੰ। ਥੈਂਕ ਯੂ ਸੋ